ਓ ਮੈਂ ਕਿਹਾ ਕੀ ਹਾਲ ਚਾਲ ਹੈ ਜੀ, ਮੈਂ ਪਰੌਂਠੇ ਪਰੌਂਠੇ ਖਾ ਕੇ ਆਇਓ, ਮੈਂ ਕਿਹਾ ਪੱਦ ਪੁੱਦ ਮਾਰਾਂਗੇ। ਓ ਆਖਿਆ ਸੀ ਤੈਨੂੰ ਨਾ ਪਕਾਈ ਅੱਜ ਤੈਂ, ਓ ਸਾਦੀ ਰੋਟੀ ਦੇ ਦਿਓ ਤਾਂ ਖਾ ਲਾਂਗਾ ਮੈਂ। ਓ ਪਹਿਲਾਂ ਗੋਭੀ ਦੇ ਪਰੌਂਠੇ ਕੋ ਪਕਾਉਂਦੀ, ਓ ਮੁੜਕੇ ਨਾ ਨੇੜੇ ਲੱਗਦੀ, ਕਹਿੰਦੀ ਪੱਦ ਦੀ ਵਾਸ਼ਨਾ ਆਉਂਦੀ, ਓ ਮੁੜਕੇ ਨਾ ਨੇੜੇ ਲੱਗਦੀ, ਪੱਦ ਦੀ ਵਾਸ਼ਨਾ ਆਉਂਦੀ, ਓ ਮੁੜਕੇ ਨਾ ਨੇੜੇ ਲੱਗਦੀ। ਪਰੌਂਠਿਆਂ ਦਾ ਸ਼ੌਂਕੀ ਕਿੱਥੋਂ ਰੋਟੀ ਨਾਲ ਸਾਰਦਾ, ਕਿਲ ਕਿਲ ਕੇ ਜਿਹੜਾ ਪੱਦ ਹੈਗਾ ਮਾਰਦਾ। ਪਰੌਂਠਾ ਰੱਖ ਨਹੀਂ ਹੋਇਆ, ਪੱਦ ਡੱਕ ਨਹੀਂ ਹੋਇਆ, ਰੱਖ ਨਹੀਂ ਹੋਇਆ, ਪੱਦ ਡੱਕ ਨਹੀਂ ਹੋਇਆ, ਐਵੇਂ ਸੁੰਘ ਸੁੰਘ ਨੱਖ ਕੋ ਚੜਾਉਂਦੀ, ਮੁੜਕੇ ਨਾ ਨੇੜੇ ਲੱਗਦੀ, ਪੱਦ ਦੀ ਵਾਸ਼ਨਾ ਆਉਂਦੀ, ਮੁੜਕੇ ਨਾ ਨੇੜੇ ਲੱਗਦੀ, ਕਹਿੰਦੀ ਪੱਦ ਦੀ ਵਾਸ਼ਨਾ ਆਉਂਦੀ, ਮੁੜਕੇ ਨਾ ਨੇੜੇ ਲੱਗਦੀ। ਓ ਛੇ ਛੇ ਫੁੱਟੇ ਪੱਦ ਮੁਸ਼ਕ ਡੋਪ ਬੱਲੀਏ, ਸਾਰਦਾ ਹਨਾ ਕੇ ਅਰੋਪ ਬੱਲੀਏ, 15 ਮਿੰਟਾਂ ਚ ਨੂੰ ਪੱਦ ਆਉਂਦਣੇ, ਓ ਯਾਰ ਤੇਰਾ ਪੱਦਾ ਵਾਲੀ ਟੋਪ ਬੱਲੀਏ, ਦੇਖੀ ਨੋਟੀ ਹੁਣ ਕੱਢੂਗਾ ਪੱਦ ਇਸਾ ਪੱਦ, ਨੱਕਾ ਉੱਤੇ ਮਾਰਦੇ ਆ ਸੱਟ ਇਸਾ ਪੱਦ, ਵੈਰੀ ਦਿੰਦੇ ਜੜਾ ਵਿੱਚੋਂ ਪੱਟ, ਵਾਜ ਬੜੀ ਕਰਦੇ ਆ ਕੱਟ ਇਸਾ ਪੱਦ, ਤੇਰੇ ਸ਼ਹਿਰ ਚ ਕਰੋ ਤੇ ਜਿਹੜੇ ਅੱਤ ਇਸਾ ਪੱਦ, ਵੈਰੀ ਦਿੰਦੇ ਜੜਾ ਵਿੱਚੋਂ ਪੱਟ ਇਸਾ ਪੱਦ। ਮੈਂ ਕਿਹਾ ਜੀ, ਜੇ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਐਂਡ ਲਾਈਕ ਜ਼ਰੂਰ ਕਰਨਾ, ਆਪਣੇ ਥੱਲੇ ਸੁਝਾਅ ਦੇਣਾ, ਠੀਕ ਹੈ ਜੀ। ਆਈ ਐਮ ਨੋਟੀ ਬਲੂੰਗੜਾ, ਥੈਂਕ ਯੂ ਜੀ।